ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ ਵੱਲੋਂ ਸਾਲਾਨਾ ਇਨਾਮ ਫੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਮੁੱਖ ਮਹਿਮਾਨ ਵੱਲੋਂ ਹਾਜ਼ਰ ਹੋਏ। ਇਸ ਮੌਕੇ ਬੱਚਿਆਂ ਵੱਲੋਂ ਲੋਕ ਗੀਤ ਅਤੇ ਕਵਾਲੀਆਂ ਪੇਸ਼ ਕੀਤੀ ਗਈਆਂ। ਪੇਸ਼ ਹੈ ਇਸ ਪ੍ਰੋਗਰਾਮ ਦੀ ਵਿਸ਼ੇਸ਼ ਰਿਪੋਰਟ। ਸਾਡੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਜਥੇਦਾਰ ਸਰਦਾਰ ਕੁਲਦੀਪ ਸਿੰਘ ਵਡਾਲਾ ਜੀ ਦੀ ਅਗਵਾਈ ਦੇ ਥੱਲੇ ਉਨੀ ਦੇਰ ਅਸੀਂ ਫੰਕਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਸੋ ਬੱਚੋ, ਸ਼ਮਾ ਰੋਸ਼ਨ ਚਾਰੇ ਪਾਸੇ ਅੰਧਕਾਰ ਦਾ ਖਾਤਮਾ ਕਰਦੀ ਹੈ, ਪ੍ਰਕਾਸ਼ ਦਾ ਸਿਰਜਣ ਕਰਦੀ ਹੈ। ਸਾਡੇ ਪੁਰਾਣੇ ਵੇਦ ਗ੍ਰੰਥਾਂ ਵਿੱਚ ਵੀ ਇਸ ਦਾ ਜਸ ਗਾਨ ਕੀਤਾ ਹੈ ਕਿ ਇਹ ਵਾਹਿਗੁਰੂ ਸਾਨੂੰ ਅੰਧਕਾਰ ਤੋਂ ਪ੍ਰਕਾਸ਼ ਦੀ ਤਰਫ ਲੈ ਜਾ। ਸੋ ਇਸ ਸਮਾਂ ਨੂੰ ਸਾਡੇ ਅੱਜ ਦੇ ਮਹਿਮਾਨ ਸਮੂਹ ਕਮੇਟੀ ਮੈਂਬਰਾਂ ਰੋਸ਼ਨ ਕਰਨਗੇ ਤੇ ਮੈਂ ਮੈਡਮ ਪ੍ਰਿੰਸੀਪਲ ਡਾਕਟਰ ਸੁਖਿੰਦਰ ਕੌਰ ਸੰਘਾ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਸਾਡੇ ਕਾਲਜ ਦੇ ਪ੍ਰਬੰਧਕ ਕਮੇਟੀ ਦੇ ਚੀਫ ਪੈਟਰਨ, ਪ੍ਰੈਜੀਡੈਂਟ ਸਾਹਿਬ, ਸਕੱਤਰ ਸਾਹਿਬ, ਵਾਈਸ ਪ੍ਰੈਜੀਡੈਂਟ ਸਾਹਿਬ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਸ਼ਮਾ ਰੋਸ਼ਨ ਵਾਲੀ ਜਗ੍ਹਾ ਦੇ ਉੱਪਰ ਲੈ ਕੇ ਜਾਣ ਤਾਂ ਜੋ ਅਸੀਂ ਇਹ ਸ਼ਮਾ ਰੋਸ਼ਨ ਦੀ ਰਸਮ ਜਿਹੜੀ ਹੈ ਉਹ ਅਦਾ ਕਰ ਸਕੀਏ। ਪ੍ਰੈਜੀਡੈਂਟ ਸਾਹਿਬ, ਸਕੱਤਰ ਸਾਹਿਬ, ਸਮੂਹ ਕਮੇਟੀ ਮੈਂਬਰਾਂ ਸ਼ਮਾ ਰੋਸ਼ਨ ਦੀ ਰਸਮ ਜਿਹੜੀ ਨੇ ਉਹ ਅਦਾ ਕਰਨ ਜਾ ਰਹੇ ਨੇ। ਬੱਚੇ ਜ਼ੋਰਦਾਰ ਤਾਲੀਆਂ ਦੇ ਨਾਲ ਇਸ ਸ਼ਮਾ ਦਾ ਸਤਿਕਾਰ ਕਰੋ ਅਤੇ ਨਾਲ ਦੀ ਨਾਲ ਹੀ ਸਾਡੇ ਮਹਿਮਾਨ ਉਹਨਾਂ ਦਾ ਸਵਾਗਤ ਵੀ ਕਰੋ। ਸੋ ਸ਼ਮਾ ਰੋਸ਼ਨ ਹੋ ਰਹੀ ਹੈ, ਸੋ ਤੁਸੀਂ ਲਗਾਤਾਰ ਤਾੜੀਆਂ ਵਜਾਉਂਦੇ ਰਹਿਣਾ। ਤੁਸੀਂ ਦੇਖੋਗੇ ਕਿ ਤੁਹਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਤਾੜੀਆਂ ਵਜਾਉਣ ਦੇ ਨਾਲ, ਤੁਹਾਨੂੰ ਵੀ ਚੰਗਾ ਲੱਗਦਾ ਹੈ ਕਿ ਅਸੀਂ ਇੱਕ ਅੱਛੀ ਜੋਤ ਨੂੰ ਉਜਾਲਾ ਦੀ ਤਰਫ ਲਿਜਾ ਰਹੇ ਹਾਂ। ਸ਼ਾਬਾਸ਼ ਬੱਚੇ, ਸ਼ਾਬਾਸ਼। ਇਸ ਸ਼ਮਾ ਦੀ ਜਿਹੜੀ ਰੋਸ਼ਨੀ ਹੈ ਹੋਰ ਜ਼ਿਆਦਾ ਪ੍ਰਫੁੱਲਤ, ਹੋਰ ਜ਼ਿਆਦਾ ਉਤੇਜਿਤ ਹੋ ਰਹੀ ਹੈ ਸਾਡੀ ਇਸ ਤਾੜੀਆਂ ਦੀ ਗੂੰਜ ਦੇ ਨਾਲ। ਗੂੰਜ ਲਗਾਤਾਰ ਗੂੰਜਦੀ ਰਹਿਣੀ ਚਾਹੀਦੀ। ਸ਼ਾਬਾਸ਼ ਬੱਚੇ, ਜਾਣ ਵਾਲੀ ਜੋਤ ਜੋ ਜਗ ਰਹੀ ਹੈ, ਉਜਾਲਾ ਦੇ ਰਹੀ ਹੈ, ਏਮਸ ਦੀ ਪ੍ਰਾਪਤੀ ਦਾ ਸੰਕੇਤ ਦੇ ਰਹੀ ਹੈ। ਸਰਸਵਤੀ ਵੰਦਨਾ ਪੇਸ਼ ਕਰ ਰਹੀਆਂ ਸਨ। ਸੋ ਮੈਂ
ਡਾਕਟਰ ਸੁਖਵਿੰਦਰ ਕੌਰ ਸੰਘਾ ਆਨਰੇਬਲ ਪ੍ਰਿੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨੂੰ ਬੇਨਤੀ ਕਰਾਂਗੀ ਕਿ ਉਹ ਮੰਚ ਤੇ ਆਉਣ ਸਾਡੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਨ। ਅੱਜ ਦੇ ਇਸ ਸ਼ੁਭ ਅਵਸਰ ਤੇ ਪੰਡਾਲ ਦੇ ਵਿੱਚ ਪਹੁੰਚੇ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਥੇਦਾਰ ਕੁਲਦੀਪ ਸਿੰਘ ਬਡਾਲਾ ਜੀ, ਸਰਪ੍ਰਸਤ ਬੀਬੀ ਪ੍ਰਭਜੋਤ ਕੌਰ ਜੀ, ਸਕੱਤਰ ਸਾਹਿਬ ਸਰਦਾਰ ਰਵਿੰਦਰ ਸਿੰਘ ਖਹਿਰਾ ਜੀ, ਕਮੇਟੀ ਮੈਂਬਰਾਂਸ ਅਤੇ ਸਮੂਹ ਵਿਦਿਆਰਥੀ ਬੱਚਿਓ, ਅੱਜ ਦਾ ਇਹ ਸਮਾਗਮ 13-14 ਬੀਤੇ ਵਰੇ ਦਾ ਲੇਖਾ ਜੋਖਾ ਕਰਨ ਲਈ ਆਪਾਂ ਕਾਲਜ ਦੇ ਆਂਗਣ ਵਿੱਚ ਮਨਾ ਰਹੇ ਹਾਂ। ਬੱਚਿਓ, ਇਹ ਸੈਲਫ ਅਨੈਲਿਸਿਸ ਦਾ ਮੌਕਾ ਹੈ, ਸਵੈ ਵਿਸ਼ਲੇਸ਼ਣ ਦਾ ਮੌਕਾ ਹੈ। ਜਿਹੜੇ ਬੱਚਿਆਂ ਨੇ ਅੱਜ ਇਨਾਮ ਪ੍ਰਾਪਤ ਕਰਨੇ ਹਨ, ਜਿਨ੍ਹਾਂ ਨੂੰ ਮਾਨ ਸਨਮਾਨ ਇੱਥੇ ਪੂਰੇ ਪਰਿਵਾਰ ਨੇ ਦੇਣਾ ਹੈ, ਉਹ ਬੱਚੇ ਵਧਾਈ ਦੇ ਪਾਤਰ ਹਨ ਅਤੇ ਦੂਸਰੇ ਬੱਚਿਆਂ ਲਈ ਪ੍ਰੇਰਨਾ ਸਰੋਤ ਹਨ। ਉਹ ਬੱਚੇ ਵੀ ਮਨ ਚਿੱਤ ਲਾ ਕੇ ਮਿਹਨਤ ਕਰਨ ਤਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਉਹ ਵੀ ਇਸੇ ਮਾਣ ਦੇ ਨਾਲ, ਸਨਮਾਨ ਦੇ ਨਾਲ ਇਸ ਸਟੇਜ ਤੋਂ ਇਨਾਮ ਪ੍ਰਾਪਤ ਕਰ ਸਕਣ। ਬੱਚਿਓ, ਪੂਰੀ ਬਾਡੀ ਕਾਲਜ ਦੀ ਤੁਹਾਡੇ ਵਾਸਤੇ ਹੈ ਤੇ ਤੁਹਾਡਾ ਇੱਕ ਮੁੱਢਲਾ ਫਰਜ਼ ਬਣਦਾ, ਇੱਕ ਬੁਨਿਆਦੀ ਅਸੂਲ ਹੈ ਤੁਹਾਡੇ ਵਾਸਤੇ ਮਿਹਨਤ। ਮਿਹਨਤ ਉਹ ਸ਼ਕਤੀ ਹੈ ਜਿਹੜੀ ਸਭ ਕੁਝ ਦੁਨੀਆਂ ਦਾ ਤੁਹਾਡੀ ਝੋਲੀ ਵਿੱਚ ਪਾਉਣ ਦੇ ਸਮਰੱਥ ਹੈ। ਇਸ ਲਈ ਹਮੇਸ਼ਾ ਦੀ ਤਰ੍ਹਾਂ ਅਸੀਂ ਪੂਰਾ ਸਟਾਫ ਜੋ ਤੁਹਾਨੂੰ ਸਿੱਖਿਆ ਦਿੰਦੇ ਹਾਂ ਉਹਦੇ ਮੁਤਾਬਕ ਮੈਂ ਅੱਜ ਵੀ ਇਹ ਤੁਹਾਨੂੰ ਕਹਾਂਗੀ ਕਿ ਬੱਚਿਓ, ਤੁਸੀਂ ਇੱਥੋਂ ਸੰਕਲਪ ਕਰਕੇ ਜਾਓ, ਇਸ ਪਵਿੱਤਰ ਸਥਾਨ ਤੋਂ, ਪਵਿੱਤਰ ਧਰਤੀ ਤੋਂ, ਜਿਸ ਨੇ ਤੁਹਾਡੇ ਭਵਿੱਖ ਨੂੰ ਉਸਾਰਨਾ, ਭਵਿੱਖ ਨੂੰ ਉਜਵਲ ਕਰਨਾ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਫੇਰ ਮੰਚ ਦੇ ਵਿੱਚ ਜਿੰਨੇ ਵੀ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਤੇ ਬਾਹਰੋਂ ਪਤਵੰਤੇ ਸੱਜਣ ਪਹੁੰਚੇ ਹਨ, ਉਹਨਾਂ ਨੂੰ ਜੀ ਆਇਆਂ ਆਖਦੀ ਹੋਈ ਉਹਨਾਂ ਦਾ ਅਭਿਨੰਦਨ ਕਰਦੀ ਹਾਂ। Thank you.
ਚਿੜੀਆਂ ਦਾ ਚੰਬਾ। ਸੋ ਤੁਸੀਂ ਇਹਦਾ ਟਾਈਟਲ ਦੇਖਣਾ ਬੜਾ ਪਿਆਰਾ ਹੈ, ਚਿੜੀਆਂ ਜਿਹਨਕ ਨੈਸ਼ਨਲ ਕਾਲਜ ਫਾਰ ਵਿਮੈਨ ਦਾ ਮੈਗਜ਼ੀਨ ਜਿਸ ਦੀ ਕੁੰਡ ਚੁਕਾਈ ਅੱਜ ਅਸੀਂ ਰਿਲੀਜ਼ ਸੈਰੇਮਨੀ ਅੱਜ ਅਸੀਂ ਕਰਨ ਜਾ ਰਹੇ ਹਾਂ। ਹਰਜੀਤ ਮੱਧਮ ਨਹੀਂ ਹੋਣੀਆਂ ਚਾਹੀਦੀਆਂ, ਪੋਜੀਸ਼ਨ ਲਗਾਤਾਰ ਗੂੰਜਦੀਆਂ ਰਹਿਣੀਆਂ ਚਾਹੀਦੀਆਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਬਹੁਤ ਨਵਦੀਪ 35ਵੀਂ ਪੋਜੀਸ਼ਨ, ਤਾੜੀਆਂ ਬੱਚੇ ਤਾੜੀਆਂ। ਅਮਨਦੀਪ ਕੌਰ ਅਮਨ ਮੈਂ 2013 ਸੰਦੀਪ 4th ਪੋਜੀਸ਼ਨ ਇਨ ਯੂਨੀਵਰਸਿਟੀ। ਇਹ ਸਾਡੇ ਪੰਜਾਬੀ ਡਿਪਾਰਟਮੈਂਟ ਇਸ ਵੇਲੇ ਅਧਿਆਪਕ ਨੇ ਸਾਡੇ ਸਾਨੂੰ ਮਾਣ ਹੈ ਇਹਨਾਂ ਤੇ। 4th ਪੋਜੀਸ਼ਨ ਸੰਦੀਪ। ਐਮ ਏ ਪੋਲੀਟੀਕਲ ਸਾਇੰਸ ਅਪਣਾ 9th ਪੋਜੀਸ਼ਨ, ਵੈਰੀ ਗੁੱਡ ਬੱਚੇ 9th ਪੋਜੀਸ਼ਨ ਇਨ ਯੂਨੀਵਰਸਿਟੀ। ਵਿਸ਼ੇਸ਼ ਪ੍ਰਾਪਤੀਆਂ ਇਹਨਾਂ ਬੱਚਿਆਂ ਦੀਆਂ, ਐਮ ਏ ਪੋਲੀਟੀਕਲ ਸਾਇੰਸ ਮਿਸਟਰ 4th ਪੂਨਮ, 3rd ਇਨ ਮੈਰਿਟ ਲਿਸਟ, 3rd ਇਨ ਮੈਰਿਟ ਲਿਸਟ। ਸੀਨੀਅਰ ਸੈਕੰਡਰੀ ਸਕੂਲ ਗਰਲਸ ਦੇ ਬੱਚੇ ਜਿਨ੍ਹਾਂ ਨੇ ਬੋਰਡ ਦੇ ਵਿੱਚ ਆਪਣਾ ਸਥਾਨ ਦਰਜ ਕੀਤਾ, ਸਭ ਤੋਂ ਪਹਿਲਾਂ ਸ਼ੀਨਾ ਵਰਮਾ 88 ਬੀਸੀਏ 3rd ਦੀ ਟੀਮ, ਕਮਲਪ੍ਰੀਤ ਰਾਜਵਿੰਦਰ, ਕਮਲਪ੍ਰੀਤ 2nd ਬੀਸੀਏ ਦੀ ਟੀਮ, ਬੀਸੀਏ 3rd ਈਅਰ ਕਲਾਸ ਦੀ ਟੀਮ, ਕਮਲਪ੍ਰੀਤ ਰਾਜਵਿੰਦਰ, ਕਮਲਪ੍ਰੀਤ ਜਸਵਿੰਦਰ ਨੇਹਾ ਬਲਜੀ। 3rd +1 ਕਮਰਸ ਭਾਵਨਾ ਪਰਮਿੰਦਰ, ਕੋਮਲ ਦੀਕਸ਼ਾ, ਬਲਜੀਤ ਪ੍ਰਿਯੰਕਾ, ਜਸਕਰਨ, ਸੁਖਜੀਤ, ਪ੍ਰਭਜੀਤ। ਬੱਚੇ ਜਲਦੀ ਆ ਜਾਓ। ਕੌਂਸੋਲੇਸ਼ਨ ਬੀਕੌਮ 1st ਨਵਦੀਪ, ਨਿਸ਼ਾ, ਹਰਪਿੰਦਰ, ਸਿਮਰਨ, ਅਨੋਦੀ, ਨਿਸ਼ਾ, ਮਨਦੀਪ, ਨਵਜੋਤ। ਕੰਸੋਲੇਸ਼ਨ ਬੀਕੌਮ 2nd ਚੇਤਨਾ, 2nd ਚੇਤਨਾ, 3rd ਰੁਪਿੰਦਰ, ਰੁਪਿੰਦਰ ਫੈਸ਼ਨ ਡਿਜ਼ਾਈਨਿੰਗ। ਰੁਪਿੰਦਰ 3rd ਮਹਿੰਦੀ ਕੰਪੀਟੀਸ਼ਨ 1st ਬਲਜੀਤ, 1st ਬਲਜੀਤ, 2nd ਰਣਜੀਤ, 2nd ਰਣਜੀਤ, 3rd ਮਨਪ੍ਰੀਤ ਕੌਰ ਕੋਸਮੋਟੋਲੋਜੀ। ਫਸਟ ਬਲਜੀਤ, 2nd ਰਣਜੀਤ, ਰਣਜੀਤ ਪ੍ਰਾਈਜ ਲੈਣ ਆ ਰਹੇ ਨੇ 2nd, 3rd ਮਨਪ੍ਰੀਤ, 3rd ਡਰੈਸ ਡਿਜ਼ਾਈਨਿੰਗ ਵੱਲੋਂ ਜਿਹੜੇ ਮੁਕਾਬਲੇ ਕਰਵਾਏ ਗਏ, ਫੈਂਸੀ ਫਰੋ ਕੰਪੀਟੀਸ਼ਨ, 1st ਨੇਹਾ, 2nd ਗੁਰਪ੍ਰੀਤ, 2nd ਗੁਰਪ੍ਰੀਤ, 3rd ਮਨਪ੍ਰੀਤ। ਅੰਬਰੇਲਾ ਫਰੋ ਕੰਪੀਟੀਸ਼ਨ, 1st ਰਾਜਵਿੰਦਰ ਕੌਰ, 2nd ਰਾਜਵਿੰਦਰ ਸੂਦ, ਰਾਜਵਿੰਦਰ ਸੂਦ, 3rd ਗਗਨਦੀਪ ਕੌਰ, 3rd ਗਗਨਦੀਪ, 3rd ਗਗਨਦੀਪ, ਕੌਂਸੋਲੇਸ਼ਨ ਨੇਹਾ, ਕੌਂਸੋਲੇਸ਼ਨ ਨੇਹਾ।
नेहा नेहा अम्ब्रेला फ्रॉक कंपटीशन, बॉडी फ्रॉक कंपटीशन, फर्स्ट पूजा सेकंड अमन, फिजिकल एजुकेशन डिपार्टमेंट के बच्चे निशा शर्मा ने तहसील स्कूल विखे हुए जेडे कि रोटरी क्लब वालों करवाया गया सी मुकाबला पोस्टर मेकिंग का, उहदे विच फर्स्ट प्राइज हासिल किया। बच्चे जोरदार ताड़ियां, निशा शर्मा। प्राइज राइट नो प्राइज देने जा रहे हैं। इन्होंने टीम इंचार्ज ने मिसिज रेनू बैल, एचओडी हिस्ट्री डिपार्टमेंट, से मिस अमन पंजाबी डिपार्टमेंट। ते हुण मैं स्टेज ते बुलाना चाहूंगी टक मिस्टर कमल जी दे नाल इनाम हासिल करदे हुए सुनीता रतन बेस्ट वोकलिस्ट ऑफ द कॉलेज, सुनीता रतन बेस्ट वोकलिस्ट। के आशीर्वाद समारोह उन्होंने ही है। तो हुण म्यूजिक विभाग की विद्यार्थन जिन्हों असी हुने हुने बेस्ट वोकलिस्ट का प्राइज भी दे के चुके हाँ, ताडे सामने एक गीत पेश कर रही है। बच्चे पूरे आनंद दे नाल इसनों सुनो अते उसी हौसला अफजाई भी करो। हाँ जी, हेड गर्ल साडे कॉलेज दी 2013-2014 हेड गर्ल इस ग्रुप फोटो दे सेंटर विच हन, ते बाकी सारी सीए मेंबर साडे मानजोग मेहमाना दे नाल ग्रुप फोटो करवा रही है। प्रबंधक कमेटी दे उप प्रधान सागुरचरण सिंह संधु, मैंबर प्रबंधक कमेटी,
ਸਾਡੇ ਸੱਦੇ ਤੇ ਆਏ ਹੋਏ ਸਾਡੇ ਵਿਸ਼ੇਸ਼ ਮਹਿਮਾਨ ਕਾਲਜ ਦੀ ਟੀਚਿੰਗ ਫੈਕਲਟੀ ਨਾਨ ਟੀਚਿੰਗ ਸਟਾਫ ਤੇ ਬਹੁਤ ਹੀ ਪਿਆਰੇ ਦੇ ਬੱਚਿਓ ਇਸ ਸੈਸ਼ਨ ਦਾ ਮੇਜਰ ਫੰਕਸ਼ਨ ਫਾਰਮਲ ਜਿਹੜਾ ਵੀ ਆ ਮੇਰੇ ਖਿਆਲ ਉਹ ਲਾਸਟ ਫੰਕਸ਼ਨ ਹੈ ਅੱਜ ਦਾ ਅਤੇ ਤੁਹਾਡਾ ਅਕੈਡਮਿਕ ਸੈਕਸ਼ਨ 2013-14 ਸਮਾਪਤੀ 'ਤੇ ਆ ਰਿਹਾ ਅੱਜ ਦੇ ਇਸ ਫੰਕਸ਼ਨ ਵਿੱਚ ਜਿਹੜੇ ਵੀ ਬੱਚਿਆਂ ਨੂੰ ਅਕੈਡਮਿਕ ਲੈਵਲ 'ਤੇ ਐਕਸਟਰਾ ਕਿਊਰੀਕਲ ਐਕਟੀਵਿਟੀਜ਼ ਵਾਸਤੇ ਅਤੇ ਹੋਰ ਕਿਸੇ ਵੀ ਆਈਟਮ ਵਾਸਤੇ ਜਿਹਨਾਂ ਨੂੰ ਪ੍ਰਾਈਜ਼ ਮਿਲੇ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ ਅਤੇ ਉਹਨਾਂ ਦੀ ਇਹ ਜਿਹੜੀਆਂ ਪੋਜੀਸ਼ਨ ਹਾਸਲ ਕੀਤੀਆਂ ਉਹਨਾਂ ਟੀਚਰਸ ਦਾ ਜਿਨ੍ਹਾਂ ਦੀ ਗਾਈਡੈਂਸ ਥੱਲੇ ਉਹ ਇਸ ਕਾਬਲ ਬਣੇ ਵੀ ਉਹਨਾਂ ਨੂੰ ਪ੍ਰਾਈਜ਼ ਮਿਲੇ ਉਹ ਵੀ ਸਾਰੇ ਵਧਾਈ ਦੇ ਪਾਤਰ ਹੈ ਅਤੇ ਉਹ ਬੱਚੇ ਜਿਨ੍ਹਾਂ ਨੂੰ ਅੱਜ ਪ੍ਰਾਈਜ਼ ਨਹੀਂ ਮਿਲਿਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਵਾਈ ਨੋਟ ਮੀ ਵੀ ਉਹਨਾਂ ਨੂੰ ਕਿਉਂ ਨਹੀਂ ਮਿਲਿਆ ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਜਿਨ੍ਹਾਂ ਨੂੰ ਅੱਜ ਪ੍ਰਾਈਜ਼ ਮਿਲੇ ਆ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਫੰਕਸ਼ਨ ਵਿੱਚ ਉਹ ਵੀ ਪ੍ਰਾਈਜ਼ ਦੇ ਹੱਕਦਾਰ ਹੋਣ ਮੇਰੇ ਖਿਆਲ ਸਮੈਸਟਰ ਐਗਜ਼ਾਮ ਅਤੇ ਫਾਈਨਲ ਵੀ ਜਿਹੜੇ ਐਗਜ਼ਾਮ ਹੈ ਉਹਨਾਂ ਵਾਸਤੇ ਅਕੈਡਮਿਕ ਸੈਸ਼ਨ ਖਤਮ ਆ ਅਤੇ ਮੈਂ ਸਾਰੀ ਮੈਨੇਜਮੈਂਟ ਵੱਲੋਂ ਸਾਰੇ ਬੱਚਿਆਂ ਨੂੰ ਇਹ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਸੀਂ ਸਾਰੇ ਸਾਲ ਦੀ ਜਿਹੜੀ ਮਿਹਨਤ ਕੀਤੀ ਹੈ ਸਮੈਸਟਰ ਦੀ ਮਿਹਨਤ ਕੀਤੀ ਹੈ ਜਿੰਨੇ ਦਿਨ ਤੁਹਾਡੇ ਫਾਈਨਲ ਐਗਜ਼ਾਮ ਵਿੱਚ ਰਹਿੰਦੇ ਆ ਹੋਰ ਮਿਹਨਤ ਕਰੋ ਵਧੀਆ ਤੁਹਾਨੂੰ ਵਾਹਿਗੁਰੂ ਰਿਜ਼ਲਟ ਦੇਵੇ ਉਹ ਹੈ ਸਾਡਾ ਗਰੁੱਪ ਡਾਂਸ ਜਿਸਨੂੰ ਕਮਰਸ ਡਿਪਾਰਟਮੈਂਟ ਦੇ ਟੀਚਰਸ ਨੇ ਤਿਆਰ ਕਰਾਇਆ ਸੋ ਮੈਂ ਬੇਨਤੀ ਕਰਾਂਗੀ ਡਾਂਸ ਵਾਲੇ ਬੱਚਿਆਂ ਨੂੰ ਕਿ ਉਹ ਸਟੇਜ ਤੇ ਆਉਣ ਤੇ ਆਪਣੀ ਆਈਟਮ ਪੇਸ਼ ਸਿੰਬਲ ਆਫ ਲਵ ਲੋਹੀ ਦੇ ਰੂਪ ਵਿੱਚ ਅਸੀਂ ਕਾਲਜ ਵੱਲੋਂ ਸਰਦਾਰ ਵਰਿੰਦਰ ਸਿੰਘ ਖਹਿਰਾ ਜੀ ਨੂੰ ਦੇ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਹੀ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਥੈਂਕ ਯੂ ਸਰ ਸੋ ਨਾਈਸ ਆਫ ਯੂ ਸਰ
सेवा प्लीज तैयार रहना बेटे, ताड़िया जोरदार ताड़िया दे नाल गुंजनिया चाहिए ताड़िया ताड़िया। श्री सेवा राम जी प्लीज जल्दी जल्दी आ जाओ क्योंकि ताड़ा भी प्राइज रह गया सी। सो मैं सकत्तर साहब नूं बेनती करांगी कि साडे इक इंपलाई प्राइज रह गया सी, प्लीज उन्हां नूं भी दे दिओ। ਇਹਦੇ ਵਾਸਤੇ ਖਾਸ ਖਾਸ ਤਾੜੀਆਂ ਭਾਜੀ ਕਹਿੰਦੇ ਨੇ ਕਿ ਜ਼ੋਰਦਾਰ ਤਾੜੀਆਂ।